ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਹੈਗੇ ਤੇ ਮੈਂ ਹਾਂ ਤੁਹਾਡਾ ਹੋਸਟ ਰਸ਼ਮੀ ਕੁਮਾਰ ਪਿਆਰੇ ਵਿਦਿਆਰਥੀਓ ਇਹ ਵੀਡੀਓ ਪਲੱਸ 2 ਪੋਲੀਟিক্যাল ਸਾਇੰਸ ਦੇ ਵਿਦਿਆਰਥੀਆਂ ਲਈ ਹੈ ਪਲੱਸ 2 ਪੋਲੀਟিক্যাল ਸਾਇੰਸ ਦਾ ਗੂਗਲ ਕੁਇਜ਼ ਮਾਰਕਸਵਾਦ ਚੈਪਟਰ ਤੇ ਸੀਗਾ ਤੇ ਉਹਦਾ ਹੀ ਇਹ ਆਪਾਂ ਹੱਲ ਲੈ ਕੇ ਆਏ ਆ ਆਓ ਆਪਾਂ ਸਮਾਂ ਨਾ ਗਵਾਉਂਦੇ ਹੋਏ ਇਸ ਕੁਇਜ਼ ਦਾ ਹੱਲ ਕਰੀਏ ਸੋ ਮਾਰਕਸਵਾਦ ਵਾਲਾ ਚੈਪਟਰ ਪਾਰਟ ਇਹਦਾ ਚੈਪਟਰ ਪਲੱਸ 2 ਪੋਲੀਟিক্যাল ਸਾਇੰਸ ਪਹਿਲਾ ਪ੍ਰਸ਼ਨ ਕਾਰਲ ਮਾਰਕਸ ਦਾ ਜਨਮ ਕਦੋਂ ਹੋਇਆ ਕਾਰਲ ਮਾਰਕਸ ਦਾ ਜਨਮ 5 ਮਈ 1818 ਨੂੰ ਹੋਇਆ ਨੈਕਸਟ ਕੁਐਸਚਨ ਕਾਰਲ ਮਾਰਕਸ ਦੀਆਂ ਰਚਨਾਵਾਂ ਕਿਹੜੀਆਂ ਸਨ ਇਹ ਸਾਰੀਆਂ ਸੀਗੀਆਂ ਕਮਰਸ ਮੈਨੀਫੈਸਟੋ ਦਾਸ ਕੈਪੀਟਲ ਕੀਮਤ ਮੁੱਲ ਤੇ ਲਾਭ ਉਪਰੋਕਤ ਸਾਰੇ ਨੈਕਸਟ ਹੈਗਾ ਜੀ ਕਾਰਲ ਮਾਰਕਸ ਅਨੁਸਾਰ ਸਮਾਜ ਵਿੱਚ ਕਿਹੜੀ ਸ਼੍ਰੇਣੀ ਹੋਏਗੀ ਕਿਰਤੀ ਮਜ਼ਦੂਰ ਤੇ ਕਾਮੇ ਐਕਚੁਅਲੀ ਇੱਕੋ ਵਰਡ ਨੇ ਇਸ ਕਰਕੇ ਇਹਦਾ ਉਪਰੋਕਤ ਇਹਦਾ ਉੱਤਰ ਵੀ ਉਪਰੋਕਤ ਸਾਰੇ ਹੈ ਨੈਕਸਟ ਹੈਗਾ ਮਾਰਕਸਵਾਦ ਕਿਸ ਨੂੰ ਰਾਜ ਸੰਘਰਸ਼ ਦੀ ਉਪਜ ਮੰਨਦਾ ਹੈ ਬੇਟਾ ਵਰਗ ਤੇ ਸੰਘਰਸ਼ ਕੋਈ ਬਹੁਤਾ ਅੰਤਰ ਨਹੀਂ ਇਸ ਕਰਕੇ ਇਹਦਾ ਉੱਤਰ ਵਰਗ ਵੀ ਹੋ ਸਕਦਾ ਹੈ ਸ਼੍ਰੇਣੀ ਵੀ ਹੋ ਸਕਦਾ ਹੈ ਨੈਕਸਟ ਹੈਗਾ ਮਾਰਕਸਵਾਦ ਦਾ ਬਾਨੀ ਕੌਣ ਸੀ Karl Marx ਦਾ ਬਾਨੀ ਸੀ ਹਾਲਾਂਕਿ ਫ੍ਰੈਡਰਿਕ ਐਂਜਲ ਨੇ ਬਹੁਤ ਸਪੋਰਟ ਕੀਤੀ ਸੀ Karl Marx ਦੇ ਸਿਧਾਂਤ ਕੀ ਸਨ ਉਦਿਕ ਦਵੰਦਵਾਦ ਵਾਧੂ ਮੂਲ ਦਾ ਸਿਧਾਂਤ ਸ਼੍ਰੇਣੀ ਮੂਲ ਦਾ ਸਿਧਾਂਤ ਉਪਰੋਕਤ ਸਾਰੇ ਬੇਟਾ ਉੱਤਰ ਹੈ ਦਾ ਕਾਰਲ ਮਾਰਕਸ ਨੂੰ ਕਿਸ ਦਾ ਜਨਮਦਾਤਾ ਮੰਨਿਆ ਜਾਂਦਾ ਹੈ ਸਾਮਵਾਦ ਦਾ ਨੈਕਸਟ ਹੈਗਾ ਜੀ ਕਾਰਲ ਮਾਰਕਸ ਦੀਆਂ ਰਚਨਾਵਾਂ ਵਿੱਚ ਮਹੱਤਵਪੂਰਨ ਦੇਣ ਕਿਸ ਦੀ ਹੈ ਐਂਜਲਜ਼ ਲੈਨਿਨ ਲਾਸਕੀ ਸਟਾਲਿਨ ਜਿਵੇਂ ਪਹਿਲਾਂ ਦੱਸਿਆ ਸੀਗਾ ਗੁਨਾ ਦੀਆਂ ਰਚਨਾਵਾਂ ਵਿੱਚ ਉਹਨਾਂ ਦੇ ਦੋਸਤ ਐਂਜਲਸ ਦਾ ਬਹੁਤ ਵੱਡਾ ਰੋਲ ਸੀ ਫਰੈਡਰਿਕ ਐਂਜਲਸ ਮਾਰਕਸਵਾਦ ਦੇ ਕ੍ਰਾਂਤੀਕਾਰੀ ਵਿਚਾਰਾਂ ਕਾਰਨ ਕਿਸ ਦੇਸ਼ ਦੀਆਂ ਸਰਕਾਰਾਂ ਨੇ ਉਸ ਨੂੰ ਉੱਥੇ ਰਹਿਣ ਨਾ ਦਿੱਤਾ ਸੋ ਇਹਦਾ ਉੱਤਰ ਹੈ ਜਰਮਨੀ ਵਰਤਮਾਨ ਸਮੇਂ ਮਾਰਕਸਵਾਦ ਨੂੰ ਕਿਹੜੇ ਦੇਸ਼ਾਂ ਵਿੱਚ ਸਰਕਾਰੀ ਮਾਨਤਾ ਪ੍ਰਾਪਤ ਹੈ ਚੀਨ ਮੌਜੂਦਾ ਸਮੇਂ ਮਾਰਕਸਵਾਦ ਨੂੰ ਕਿਹੜੇ ਦੇਸ਼ਾਂ ਵਿੱਚ ਸਰਕਾਰੀ ਮਾਨਤਾ ਪ੍ਰਾਪਤ ਹੈ ਚੀਨ ਚੀਨ ਉੱਤਰੀ ਕੋਰੀਆ ਤੇ ਕੰਬੋਡੀਆ ਤਿੰਨੋਂ ਇਹਨੇ ਇਸ ਕਰਕੇ ਇਹਦਾ ਉਪਰੋਕਤ ਉਪਰੋਕਤ ਸਾਰੇ ਇਹਦਾ ਉੱਤਰ ਆਪਾਂ ਲਿਖਣਾ ਹੈ ਉਪਰੋਕਤ ਸਾਰੇ ਕਾਲ ਮਾਰਕਸ ਦੇ ਵਿਚਾਰ ਅਨੁਸਾਰ ਕਿਸੇ ਵਸਤੂ ਦਾ ਮੁੱਲ ਉਸ ਉੱਤੇ ਖਰਚ ਕੀਤੀ ਗਈ ਕਿਰਤ ਅਨੁਸਾਰ ਨਿਸ਼ਚਿਤ ਹੁੰਦਾ ਹੈ ਸਹੀ ਕਾਰਲ ਮਾਰਕਸ ਦੇ ਅਨੁਸਾਰ ਵਾਧੂ ਮੁੱਲ ਤੇ ਪੂੰਜੀਪਤੀ ਦਾ ਅਧਿਕਾਰ ਹੁੰਦਾ ਹੈ ਗਲਤ ਉਹ ਕਹਿੰਦਾ ਪੂੰਜੀਪਤੀ ਦਾ ਨਹੀਂ ਮਜ਼ਦੂਰ ਦਾ ਅਧਿਕਾਰ ਹੁੰਦਾ ਹੈ 13ਵਾਂ ਕਾਰਲ ਮਾਰਕਸ ਨੂੰ ਵਿਗਿਆਨਿਕ ਸਮਾਜਵਾਦ ਦਾ ਪਿਤਾ ਮੰਨਿਆ ਜਾਂਦਾ ਹੈ ਸਹੀ ਕਾਰਲ ਮਾਰਕਸ ਨੇ ਧਰਮ ਨੂੰ ਲੋਕਾਂ ਲਈ ਭਾਗ ਦੱਸਿਆ ਹੈ ਸਹੀ ਉਹ ਕਹਿੰਦਾ ਸੀ ਧਰਮ ਹੈ ਜਿਹੜਾ ਸੌਰੀ ਭਾਗ ਨਹੀਂ ਉਹਨੇ ਧਰਮ ਨੂੰ ਲੋਕਾਂ ਲਈ ਹਫੀਮ ਦੱਸਿਆ ਸੀ ਭਾਗ ਨਹੀਂ ਦੱਸਿਆ ਸੀ ਹਫੀਮ ਦੱਸਿਆ ਸੀ ਇਹ ਗਲਤ ਹੈ ਸਟੇਟਮੈਂਟ ਕਾਲ ਮਾਸ ਅਨੁਸਾਰ ਧਰਮ ਲੋਕਾਂ ਦੀ ਹਫੀਮ ਹੈ ਜਿਸ ਨੂੰ ਖਾ ਕੇ ਲੋਕ ਸੁੱਤੇ ਰਹਿੰਦੇ ਨੇ ਇਸ ਕਰਕੇ ਉਹ ਭਾਗ ਨਹੀਂ ਮੰਨਦਾ ਸੀ ਧਰਮ ਨੂੰ ਗਲਤ ਮੰਨਦਾ ਸੀ ਕਾਲ ਮਾਸ ਦੇ ਅਨੁਸਾਰ ਸਮਾਜ ਵਿੱਚ ਲਗਾਤਾਰ ਸੰਘਰਸ਼ ਦੇ ਕਾਰਨ ਰਾਜ ਹੋਂਦ ਵਿੱਚ ਆਇਆ ਸਹੀ ਜਾਂ ਗਲਤ ਸਹੀ ਹਰੇਕ ਸਮਾਜ ਦੇ ਦੋ ਵਿਰੋਧੀ ਗਰੁੱਪਾਂ ਵਿੱਚ ਵੰਡਿਆ ਗਿਆ ਹੈ ਵਰਗਾ ਤੇ ਸ਼੍ਰੇਣੀਆਂ ਐਕਚੁਅਲੀ ਇਹਦੇ ਦੋਹੇ ਆਨਸਰ ਨੇ ਵਰਗ ਵੀ ਤੇ ਸ਼੍ਰੇਣੀ ਵੀ ਪਰ ਫਿਰ ਵੀ ਉਹ ਜ਼ਿਆਦਾ ਸ਼੍ਰੇਣੀਆਂ ਦੀ ਗੱਲ ਕਰਦਾ ਸੀ ਵਸਤੂਆਂ ਦਾ ਉਤਪਾਦਨ ਕਿਰਤ ਦੀ ਡੈਸ਼ ਨਾਲ ਕੀਤਾ ਜਾਂਦਾ ਹੈ ਕਿਰਤ ਦੀ ਲੁੱਟ ਖਸੁੱਟ ਨਾਲ ਸੌਰੀ ਸੌਰੀ ਵਸਤੂ ਮਾਰਕਸ ਦਾ ਵਿਚਾਰ ਸੀਗਾ ਵੀ ਉਤਪਾਦਨ ਜਿਹੜਾ ਮਿਹਨਤ ਨਾਲ ਹੁੰਦਾ ਵੈ ਪਰ ਪੂੰਜੀਪਤੀ ਉਸਦੀ ਲੋਟਖੋਟ ਕਰਦਾ ਇਸ ਕਰਕੇ ਜਦਾ ਸਹੀ ਉੱਤਰ ਬੇਟਾ ਮਿਹਨਤ ਨਾਲ ਹੁੰਦਾ ਕਿ ਵਸਤੂਆਂ ਦਾ ਉਤਪਾਦਨ ਕਿਰਤ ਦੀ ਮਿਹਨਤ ਨਾਲ ਕੀਤਾ ਜਾਂਦਾ ਹੈ ਬਗੈਰ ਮਿਹਨਤ ਦੇ ਕੋਈ ਚੀਜ਼ ਦਾ ਉਤਪਾਦਨ ਨਹੀਂ ਹੋ ਸਕਦਾ ਇਹ ਕਾਲਮਾਸ ਕਹਿੰਦਾ ਸੀ ਪੂੰਜੀਪਤੀ ਉਸਦਾ ਲੋਟਖੋਟ ਕਰਦੇ ਨੇ ਇਸ ਕਰਕੇ ਇਸ ਪ੍ਰਸ਼ਨ ਦਾ ਉੱਤਰ ਮਿਹਨਤ ਨਾਲ ਲਿਖਣਾ ਬੇਟਾ ਸੌਰੀ ਮੈਂ ਪਹਿਲੇ ਗਲਤ ਟਿਕ ਕਰ ਗਿਆ 18 ਮਾ ਪੂੰਜੀਪਤੀ ਵਰਗ ਕਿਰਤੀਆਂ ਦਾ ਧਰਮ ਤੇ ਨਾਮ ਤੇ ਡੈਸ਼ ਕਰਦਾ ਹੈ ਕੀ ਕਰਦਾ ਹੈ ਪੂੰਜੀਪਤੀ ਵਰਗ ਕਿਰਤੀਆਂ ਦਾ ਸ਼ੋਸ਼ਣ ਕਰਦਾ ਹੈ ਐਕਸਪਲੋਇਟੇਸ਼ਨ ਕਰਦਾ ਹੈ ਜਦੋਂ ਸ਼੍ਰੀਣੀਆਂ ਦੀ ਹੋਂਦ ਨਹੀਂ ਰਹੇਗੀ ਪਰ ਰਾਜ ਸਹਜੇ ਸਹਜੇ ਡੈਸ਼ ਹੋ ਜਾਏਗਾ ਕੀ ਹੋ ਜਾਏਗਾ ਅਲੂਪ ਹੋ ਜਾਏਗਾ ਰਾਜ ਅਲੂਪ ਹੋ ਜਾਏਗਾ ਕਾਲ ਮਾਰਕਸ ਦੇ ਅਨੁਸਾਰ ਮਜ਼ਦੂਰਾਂ ਦੀ ਤਾਨਾਸ਼ਾਈ ਸਖਤੀ ਨਾਲ ਡੈਸ਼ ਦਾ ਵਿਨਾਸ਼ ਕਰੇਗੀ ਕਿਦਾਂ ਮਜ਼ਦੂਰਾਂ ਦੀ ਤਾਨਾਸ਼ਾਈ ਕਾਲ ਮਾਰਕਸ ਕਹਿੰਦਾ ਸੀ ਪੂਜੀ ਪਤੀਆਂ ਦਾ ਨਾਸ਼ ਕਰੇਗੀ ਸੋ ਸੋ ਥੈਂਕ ਯੂ ਵੈਰੀ ਮਚ ਫॉर ਵਾਚਿੰਗ ਦਿਸ ਵੀਡੀਓ ਇਸ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਚੈਨਲ ਸਬਸਕ੍ਰਾਈਬ ਨਹੀਂ ਕਰਾਇਆ ਤੇ ਕਨਸੈਪਟ ਗੁਰੂ ਏਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ